ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। SSC ਡਿਪਾਰਟਮੈਂਟ ਅੰਦਰ ਕੰਬਾਈਨ ਗ੍ਰੈਜੂਏਟ ਲੈਵਲ ਦੀ ਵੈਕੈਂਸੀ ਆ ਚੁੱਕੀ ਹੈ ਜੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ SSC CGL। ਅਤੇ ਉਹਦੇ ਮਤਲਬ ਕਿ ਫੋਰਮ ਆ ਚੁੱਕੇ ਆ ਜੀ, ਮਤਲਬ ਕਿ ਬਹੁਤ ਵਧੀਆ ਵੈਕੈਂਸੀ ਆ ਜੀ। ਅਤੇ ਇਹਦੇ ਨਾਲ ਰਿਗਾਰਡਿੰਗ ਆਪਾਂ ਦੇਖਾਂਗੇ ਕੀ ਕੀ ਕੁਆਲੀਫਿਕੇਸ਼ਨ ਆ, ਕੀ ਏਜ ਲਿਮਿਟ ਆ, ਕਿੱਦਾਂ ਅਪਲਾਈ ਕਰਨਾ, ਸਾਰਾ ਕੁਝ ਦੇਖਾਂਗੇ ਜੀ। ਪਹਿਲੀ ਤਾਂ ਗੱਲ ਕਰਦੇ ਹਾਂ ਜੀ, ਫਾਰਮ ਭਰਨ ਸਟਾਰਟ ਹੋ ਗਿਆ ਜੀ 3 ਅਪ੍ਰੈਲ ਤੋਂ, ਅਤੇ ਲਾਸਟ ਡੇਟ ਹੈਗੀ ਆ ਜੀ ਇਹਦੀ 4 ਮਈ। ਅਤੇ ਔਨਲਾਈਨ ਮੋਡ ਰਾਹੀਂ ਤੁਸੀਂ ਅਪਲਾਈ ਕਰੋਗੇ ਜੀ। ਬਾਕੀ ਜਿਹੜਾ ਐਗਜ਼ਾਮ ਹੈਗਾ, ਜਿਹੜਾ ਪਹਿਲਾ ਐਗਜ਼ਾਮ, ਉਹ ਜੁਲਾਈ ਦੇ ਵਿੱਚ ਹੋ ਜਾਣਾ ਜੀ। ਮਤਲਬ ਕਿ ਨਾਲ ਹੀ ਦੱਸਤਾ ਜਿਹੜਾ Tier 1 ਐਗਜ਼ਾਮ ਤੁਹਾਡਾ ਕਦੋਂ ਹੋਊਗਾ, ਜੁਲਾਈ ਦੇ ਵਿੱਚ। ਅਤੇ ਬਾਕੀ ਇਹਦੀ ਵੀ ਜੇ ਮਤਲਬ ਤੁਹਾਡੇ ਫੋਰਮ ਫਿਲ ਕਰਦੇ ਟਾਈਮ ਕੋਈ ਗਲਤੀ ਹੋ ਜਾਂਦੀ ਹੈ ਜੀ, ਕਰੈਕਸ਼ਨ ਦੀ ਦੱਸੀ ਟਾਈਮ ਹੀ ਦੱਸਿਆ ਵਾ, 7 ਅਤੇ 8 ਮਈ ਨੂੰ ਤੁਸੀਂ ਕਰੈਕਸ਼ਨ ਕਰ ਸਕਦੇ ਹੋ। ਵੈਸੇ 3 ਅਪ੍ਰੈਲ ਤੋਂ ਫਾਰਮ ਭਰਨੇ ਸਟਾਰਟ ਆ, ਲਾਸਟ ਹੈਗੀ ਆ ਜੀ 4 ਮਈ। ਬਾਕੀ ਇਹਦੇ ਲਈ ਆਪਾਂ ਗੱਲ ਕਰਦੇ ਹਾਂ ਜੀ, ਵੱਖ ਵੱਖ ਪੋਸਟਾਂ ਹੁੰਦੀਆਂ ਨੇ ਜੀ, ਆਫਿਸਰ ਬੀ ਗਰੁੱਪ ਦੀਆਂ, ਠੀਕ ਹੈ ਜੀ, ਸੀ ਗਰੁੱਪ ਦੀਆਂ, ਅਤੇ ਆਫਿਸਰ ਰੈਂਕ ਦੀਆਂ ਪੋਸਟਾਂ ਹੁੰਦੀਆਂ ਨੇ ਜੀ। ਅਤੇ ਬਾਕੀ ਇਹਦੀਆਂ ਜਿਹੜੀ ਵੈਕੈਂਸੀਆਂ ਆਈਆਂ ਨੇ ਜੀ, ਪੂਰੀਆਂ 7500 ਦੇ ਲਾਗੇ ਆਈਆਂ ਨੇ ਲਗਭਗ। ਜੇ ਆਪਾਂ ਗੱਲ ਕਰਦੇ ਹਾਂ ਜੀ ਆਫਿਸਰ ਰੈਂਕ ਦੀਆਂ ਪੋਸਟਾਂ ਨੇ ਜੀ, ਵੱਖ ਵੱਖ ਡਿਪਾਰਟਮੈਂਟ ਅੰਦਰ ਤੁਸੀਂ ਦੇਖ ਸਕਦੇ ਹੋ ਜੀ। ਅਸਿਸਟੈਂਟ ਆਡਿਟ ਆਫਿਸਰ, ਅਕਾਊਂਟ ਆਫਿਸਰ ਹੋ ਗਏ ਜੀ, ਸੈਕਸ਼ਨ ਆਫਿਸਰ, ਅਸਿਸਟੈਂਟ ਸੈਕਸ਼ਨ ਆਫਿਸਰ, ਇਨਕਮ ਟੈਕਸ ਇੰਸਪੈਕਟਰ ਹੋ ਗਏ ਜੀ, ਇੰਸਪੈਕਟਰ ਹੋ ਗਏ ਜਿਹੜੇ ਵੀ ਹੈਗੇ ਆ, ਐਗਜ਼ੀਕਿਊਟਿਵ ਹੋ ਗਏ, ਸਰਚ ਅਸਿਸਟੈਂਟ ਹੋ ਗਏ, ਮਤਲਬ ਕਿ ਵੱਖ ਵੱਖ ਪੋਸਟਾਂ ਨੇ ਜੀ ਆਡੀਟਰ ਦੀਆਂ ਹੋਈਆਂ ਨੇ। ਮਤਲਬ ਕਿ ਵਧੀਆ ਜਿੱਦਾਂ ਸਬ ਇੰਸਪੈਕਟਰ ਹੈ, ਟੈਕਸ ਅਸਿਸਟੈਂਟ ਆ ਜੀ, ਤਾਂ ਵਧੀਆ ਪੋਸਟਾਂ ਨੇ ਜੀ। ਜੇ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਲਈ ਆਪਾਂ ਤਨਖਾਹ ਕਿੰਨੀ ਮਿਲੂਗੀ ਜੀ, ਅਤੇ ਕਈਆਂ ਦੀ 47,600 ਆ ਜੀ, ਅਤੇ ਸਟਾਰਟਿੰਗ ਤੋਂ ਅਤੇ 1,51,000 ਤੱਕ ਜਾਊਗੀ। ਅਤੇ ਕਈਆਂ ਦੀ ਜਿਨ੍ਹਾਂ ਦੀ ਲੈਵਲ 8 ਦੇ ਅੰਦਰ ਆਉਂਦੀ ਆ, ਜਿਨ੍ਹਾਂ ਦੀ ਲੈਵਲ 7 ਦੇ ਅੰਦਰ ਆਉਂਦੀ, 44,900 ਤੋਂ ਸਟਾਰਟ ਆ ਜੀ, 1,42,000 ਜਾਊਗਾ ਜੀ। ਜਿਨ੍ਹਾਂ ਦੀ ਲੈਵਲ 6 ਦੇ ਅੰਦਰ ਤਨਖਾਹ ਆਉਂਦੀ ਆ, 35,400 ਤੋਂ ਲੈ ਕੇ 1,12,400 ਤੱਕ ਜਾਊਗੀ। ਲੈਵਲ 5 ਵਾਲਿਆਂ ਦੀ 29,200 ਤੋਂ ਸਟਾਰਟ, 92,300 ਤੱਕ ਜਾਊਗੀ। ਲੈਵਲ 4 ਦੀ ਆ ਜੀ, 25,500 ਤੋਂ ਲੈ ਕੇ 81,100, ਮਤਲਬ ਕਿ ਵੱਧਦੀ ਜਾਂਦੀ ਆ ਜੀ, ਸੈਂਟਰ ਗੌਰਮੈਂਟ ਡਿਪਾਰਟਮੈਂਟ ਦੇ ਅੰਦਰ ਰਿਕਿਊਰਮੈਂਟ ਆ ਜੀ। ਅਤੇ ਜਿਹੜੀ ਗੱਲ ਕਰਦੇ ਹਾਂ ਜੀ ਲੈਵਲ 5 ਅਤੇ 4 ਦੀਆਂ ਜਿੰਨੀਆਂ ਪੋਸਟਾਂ ਨੇ ਜੀ, ਇਹਨਾਂ ਲਈ ਏਜ ਦੀ ਲਿਮਿਟ ਹੈਗੀ 18 ਤੋਂ 27 ਸਾਲ। ਬਾਕੀ SC ST ਨੂੰ 5 ਸਾਲ ਦੀ ਛੋਟ ਮਿਲੂਗੀ, ਅਤੇ OBC ਨੂੰ 3 ਸਾਲ ਦੀ ਜੀ। ਜੇ ਆਪਾਂ ਲੈਵਲ 6 ਦੀ ਗੱਲ ਕਰਦੇ ਹਾਂ ਜੀ, ਇਹਦੇ ਲਈ ਇੱਕ ਪੋਸਟ ਦੀ 18 ਤੋਂ 32 ਸਾਲ ਆ, ਬਾਕੀ ਸਾਰਿਆਂ ਦੀ 18 ਤੋਂ 30 ਆ ਜੀ। ਬਾਕੀ ਰਿਜ਼ਰਵੇਸ਼ਨ ਮਿਲੂਗੀ ਜੀ ਕੈਟੇਗਰੀ ਵਾਲਿਆਂ ਨੂੰ। ਅਤੇ ਜੇ ਆਪਾਂ ਗੱਲ ਕਰਦੇ ਹਾਂ ਲੈਵਲ 7 ਦੀ, ਇਹਦੀ ਵੀ ਹੈਗੀ ਹੈ 18 ਤੋਂ 30 ਆ ਜੀ, ਅਤੇ ਲੈਵਲ 8 ਦੀ ਵੀ 18 ਤੋਂ 30 ਆ। ਅਤੇ ਰਿਜ਼ਰਵੇਸ਼ਨ ਦੀ ਆਪਾਂ ਗੱਲ ਕਰ ਚੁੱਕੇ, ਨੋਟੀਫਿਕੇਸ਼ਨ 'ਚ ਵੀ ਦੱਸਿਆ ਹੋਊਗਾ ਜੀ ਆਪਾਂ ਨੂੰ। ਅਤੇ ਟੋਟਲ 7500 ਵੈਕੈਂਸੀਆਂ ਨੇ ਜੀ, ਟੋਟਲ ਕੈਟਾਗਰੀ ਵਾਈਜ਼ ਵੈਕੈਂਸੀਆਂ ਦੀ ਵੰਡ ਕੀਤੀ ਗਈ ਆ ਜੀ, ਅੱਗੇ ਜਾ ਕੇ ਹੋਣੀ ਆ। ਬਾਕੀ ਕਿਹੜੀ ਕਿਹੜੀ ਏਜ ਲਿਮਿਟ ਆ ਜੀ, ਕਿਹੜੀ ਕਿਹੜੀ ਡੇਟ ਆਫ ਬਰਥ ਵਾਲਾ ਕੈਂਡੀਡੇਟ ਐਲੀਜੀਬਲ ਆ ਜੀ, ਉਹ ਡੇਟ ਦੱਸੀ ਇਹਦੇ ਵਿੱਚ ਤੁਸੀਂ ਆਉਣੇ ਚਾਹੀਦੇ ਹੋ ਜੀ। ਅਤੇ ਰਿਜ਼ਰਵੇਸ਼ਨ ਦੇ ਬਾਰੇ ਦੱਸਿਆ ਜਾ ਜੀ। ਬਾਕੀ PW ਕੈਂਡੀਡੇਟ ਨੂੰ 10 ਸਾਲ ਦੀ ਛੋਟ ਆ, ਜੇ PW ਕੈਂਡੀਡੇਟ OBC ਦੇ ਵਿੱਚ 13 ਸਾਲ ਦੀ, ਉਹਨੂੰ ਜੇ SC ST ਦੇ PW ਕੈਂਡੀਡੇਟ ਮਤਲਬ ਕਿ ਹੈਂਡੀਕੈਪ 15 ਸਾਲ ਦੀ, ਟੈਕਸਰਸ ਮੈਨੂੰ ਆ ਕਿ ਉਹਨੂੰ 3 ਸਾਲ ਹੀ ਹੋਏ ਹੋਣ ਰਿਟਾਇਰਮੈਂਟ ਲਏ ਨੂੰ, ਅਤੇ ਵਧੀਆ ਪੇ ਸਕੇਲ ਆ ਜੀ। ਅਤੇ ਇਹਦੇ ਲਈ ਕੁਆਲੀਫਿਕੇਸ਼ਨ ਹੁੰਦੀ ਆ ਜੀ ਐਨੀ ਗ੍ਰੈਜੂਏਸ਼ਨ, ਅਤੇ ਆਲ ਇੰਡੀਆ ਦੇ ਕੈਂਡੀਡੇਟ ਨੂੰ ਐਲੀਜੀਬਲ ਆ ਜੀ, ਅਪਲਾਈ ਕਰ ਸਕਦੇ ਆ। ਅਤੇ ਵੱਖ ਵੱਖ ਪੋਸਟਾਂ ਜਿਹੜੀਆਂ ਇਹਨਾਂ ਨੇ ਕਿਹੜੀ ਕਿਹੜੀ ਡਿਗਰੀ ਚਾਹੀਦੀ ਉਹਦੇ ਬਾਰੇ ਦੱਸਿਆ ਜੀ। ਵੈਸੇ ਜਿੰਨੀਆਂ ਪੋਸਟਾਂ ਨੇ ਐਨੀ ਗ੍ਰੈਜੂਏਸ਼ਨ ਨਾਲ ਐਲੀਜੀਬਲ ਆ ਜੀ, ਅਤੇ ਕਈਆਂ ਲਈ ਕੋਈ ਕਮਰਸ ਵਾਲਾ ਐਲੀਜੀਬਲ ਹੁੰਦਾ ਜੀ, ਕਈਆਂ ਦੇ ਵਿੱਚ ਦੂਜਾ ਹੋਊਗਾ। ਵੈਸੇ ਆਲਮੋਸਟ ਜਿੰਨੀਆਂ ਪੋਸਟਾਂ ਹੋਣਗੀਆਂ ਉਹ ਡਿਗਰੀ ਦੇ ਬੇਸ 'ਤੇ ਹੀ ਆ ਜੀ, ਐਨੀ ਗ੍ਰੈਜੂਏਸ਼ਨ ਐਲੀਜੀਬਲ ਆ ਜੀ। ਅਪਲਾਈ ਔਨਲਾਈਨ ਮੋਡ ਰਾਹੀਂ ਕਰੋਗੇ ਜੀ, ਅਤੇ ਜਦੋਂ ਤੁਸੀਂ ਅਪਲਾਈ ਕਰ ਰਹੇ ਹੋਗੇ ਉਸ ਟਾਈਮ ਜਿਹੜਾ ਫੋਟੋ ਸਾਈਜ਼ ਕਿੰਨਾ ਹੋਊਗਾ ਜੀ, ਉਹਦੇ ਬਾਰੇ ਵੀ ਦੱਸਿਆ ਗਿਆ ਵਾ ਜੀ। ਅਤੇ ਤੁਸੀਂ ਜਦੋਂ ਵੀ ਕਰ ਰਹੇ ਹੋ ਅਤੇ ਹਦਾਇਤਾਂ ਦੱਸੀਆਂ ਨੇ ਜੋ ਨੋਟੀਫਿਕੇਸ਼ਨ ਦੇ ਅੰਦਰ, ਅਤੇ ਨੋਟੀਫਿਕੇਸ਼ਨ ਵਿੱਚ ਅਪਲਾਈ ਕਰਨ ਦੇ ਵੀ ਸਟੈਪ ਦੱਸੇ, ਉਹ ਵੀ ਤੁਸੀਂ ਦੇਖ ਸਕਦੇ ਹੋ, ਕਿੱਦਾਂ ਇਹਦਾ ਫੋਟੋ ਹੋਣੀ ਚਾਹੀਦੀ, ਕਿੱਦਾਂ ਸਾਈਨ ਹੋਣੀ ਚਾਹੀਦਾ, ਸਾਰਾ ਕੁਝ ਦੱਸਿਆ ਵਾ। ਅਤੇ ਐਪਲੀਕੇਸ਼ਨ ਫੀਸ ਦੀ ਗੱਲ ਕਰਦੇ ਹਾਂ ਜੀ, ਆਲ ਕੈਟਾਗਰੀ ਵੂਮੈਨ ਦੀ SC ST PW ਕੈਂਡੀਡੇਟ ਅਤੇ ਐਕਸਰਸਮੈਨ ਦੀ ਕੋਈ ਫੀਸ ਨਹੀਂ ਆ, ਬਾਕੀ ਸਾਰੀ ਕੈਟਾਗਰੀਆਂ ਦੀ 100 ਰੁਪਇਆ ਫੀਸ ਆ ਜੀ। ਅਤੇ ਰਿਜ਼ਰਵੇਸ਼ਨ ਕੁੜੀਆਂ ਨੂੰ ਮਿਲਦੀ ਹੈ ਇਹਦੇ ਵਿੱਚ ਸੈਂਟਰ ਦੇ ਵਿੱਚ। ਅਤੇ ਤੁਸੀਂ ਕਿਹੜੇ ਕਿਹੜੇ ਮਤਲਬ ਕਿ ਰੀਜ਼ਨ ਦੇ ਵਿੱਚ ਅਪਲਾਈ ਕਰੋਗੇ ਆਪਣੇ ਅਕੋਰਡਿੰਗ, ਮਤਲਬ ਕਿ ਸਟੇਟ ਦੇ ਅਕੋਰਡਿੰਗ, ਉਹ ਦੱਸਿਆ ਜੀ। ਜਿੱਦਾਂ ਪੰਜਾਬ ਆਉਂਦਾ ਨੌਰਥ ਵੈਸਟਰਨ ਰੀਜ਼ਨ ਦੇ ਅੰਦਰ ਆਉਂਦਾ ਵਾ, ਅਤੇ ਤੁਸੀਂ ਆਪਣੇ ਅਕੋਰਡਿੰਗ ਦੇਖ ਲੈਣਾ ਵਾ। ਬਾਕੀ ਇਹਦਾ ਜਿਹੜਾ ਹੈਗਾ ਜੀ ਐਗਜ਼ਾਮ 2 ਹੋਣਗੇ, ਪਹਿਲਾ ਐਗਜ਼ਾਮ ਹੋਊਗਾ MCQ ਬੇਸ, ਅਤੇ ਦੂਜਾ ਵਿੱਚ ਤੁਹਾਡੇ ਮਤਲਬ ਕਿ ਲਿਖਾ ਵਗੈਰਾ ਲਿਖਾਉਂਦੇ ਜੋ ਕੁਛ ਵੀ ਲਿਖਾਉਂਦੇ ਆ, ਉਹ ਤੁਹਾਨੂੰ ਉਸਦੇ ਅਕੋਰਡਿੰਗ ਪਤਾ ਲੱਗੂ ਜਦੋਂ ਤੁਹਾਡਾ ਸਿਲੇਬਸ ਆਊਗਾ ਜੀ। ਫਸਟ ਵਿੱਚ ਤੁਹਾਨੂੰ ਪਤਾ ਕੀ ਆਉਂਦਾ, GK ਆਉਂਦਾ, ਰੀਜਨਿੰਗ, ਮੈਥ, ਇੰਗਲਿਸ਼ ਆਉਂਦਾ ਜੀ। ਅਤੇ ਬਾਕੀ ਇਹ ਦੱਸਿਆ ਵੀ ਆ ਤੁਹਾਡੇ ਸਾਹਮਣੇ ਕਿ ਟੋਟਲ ਤੁਹਾਨੂੰ ਮਤਲਬ ਕਿ 1 ਘੰਟਾ ਦਿੱਤਾ ਜਾਊਗਾ ਜੀ,
ਠੀਕ ਆ ਜੀ। ਉਹਦੇ ਵਿੱਚ ਤੁਹਾਨੂੰ ਮਿਲ ਕੇ 100 ਸਵਾਲ ਆਉਣਗੇ ਜੀ, ਅਤੇ ਕਿਹੜਾ ਕੁਸ਼ਚਨ ਆ ਜੀ 2 ਨੰਬਰ ਦਾ ਆਊਗਾ, ਨੈਗੇਟਿਵ ਮਾਰਕਿੰਗ 0.50 ਨੰਬਰ ਦੀ ਹੈਗੀ ਆ ਜੀ। ਅਤੇ ਟਾਇਰ 2 ਵਿੱਚ ਕਿਹੜਾ ਕਿਹੜਾ ਪੇਪਰ ਆਊਗਾ ਜੀ, ਉਹਦੇ ਬਾਰੇ ਦੱਸਿਆ ਗਿਆ ਵਾ ਜੀ, ਕਿੰਨੇ ਕਿੰਨੇ ਟਾਈਮ ਦਿੱਤਾ ਜਾਣਾ, ਉਹ ਵੀ ਵੇਖ ਸਕਦੇ ਹੋ। ਬਾਕੀ ਇਹਦੇ ਨਾਲ ਸੰਬੰਧਿਤ ਪੇਪਰ ਦੱਸਿਆ ਜੀ, ਮਡਿਊਲ ਕਿਹੜੇ ਕਿਹੜੇ ਆ, ਨਾਲ ਹੀ ਮਤਲਬ ਕਿ ਸਿਲੇਬਸ ਵੀ ਦੱਸਿਆ ਗਿਆ ਵਾ, ਤੁਸੀਂ ਉਹਦੇ ਸਿਲੇਬਸ ਦੇ ਅਕੋਰਡਿੰਗ ਤਿਆਰੀ ਕਰਨੀ ਆ ਜੀ। ਅਤੇ ਜਿਹੜੇ ਟੋਪਿਕ ਦੱਸਿਆ ਜੀ ਉਹਦੇ ਅਕੋਰਡਿੰਗ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਜੀ। ਅਤੇ ਬਾਕੀ ਹੈ ਕਿ ਜਿਹੜਾ ਵੀ ਕੈਂਡੀਡੇਟ ਸੈਂਟਰਲ ਗੌਰਮੈਂਟ ਡਿਪਾਰਟਮੈਂਟ ਅੰਦਰ ਜਾਣਾ ਚਾਹੁੰਦਾ ਔਫਿਸਰ ਰੈਂਕ ਲਈ, ਉਹ ਅਪਲਾਈ ਕਰ ਸਕਦਾ ਜੀ। ਅਤੇ ਐਪਲੀਕੇਸ਼ਨ ਫੋਰ ਫੀਸ ਵੀ ਬਹੁਤ ਥੋੜ੍ਹੀ ਆ ਜੀ, ਅਤੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਆ ਉਹ ਇੱਕ ਵਾਰੀ ਪੇਪਰ ਜੇਕਰ ਜ਼ਰੂਰ ਦੇਖਣ, ਉਹਨਾਂ ਨੂੰ ਪਤਾ ਲੱਗੂਗਾ ਜੀ। ਬਾਕੀ ਤੁਹਾਨੂੰ ਕੁਆਲੀਫਿਕੇਸ਼ਨ ਲਈ ਮਤਲਬ ਕਿ ਕਿੰਨੇ ਕਿੰਨੇ ਨੰਬਰ ਚਾਹੀਦੇ ਆ ਜੀ, 30% ਨੰਬਰ ਲੈਣੇ ਲਾਜ਼ਮੀ ਆ ਜੀ ਫਸਟ ਪੇਪਰ ਦੇ ਵਿੱਚੋਂ। ਅਤੇ ਓ ਬੀ ਸੀ ਡਬਲਯੂ ਐਸ 25% ਨੰਬਰ, ਅਤੇ ਆਲ ਕੈਟਾਗਰੀ ਕਾਟ ਕੈਟਾਗਰੀ ਵਾਲਾ 20%, ਠੀਕ ਆ ਜੀ। ਕਿਉਂਕਿ ਇੰਨੇ ਨੰਬਰ ਤੁਹਾਡੇ ਹੋਣਗੇ ਤਾਂ ਤੁਸੀਂ ਨੈਕਸਟ ਪੇਪਰ ਲਈ ਕੁਆਲੀਫਾਈ ਕਰਦੇ ਹੋ, ਅੱਗੇ ਨੈਕਸਟ ਆ ਕੇ ਮੈਰਿਟ ਬਣਦੀ ਐਂਡ ਦੇ। ਬਾਕੀ ਨੋਰਮਲਾਈਜੇਸ਼ਨ ਜ਼ਰੂਰ ਹੁੰਦੀ ਆ ਜੀ। ਅਤੇ ਬਾਕੀ ਜੇ ਤੁਸੀਂ ਅਪਲਾਈ ਕਰੋਗੇ ਤਾਂ ਰਿਸੈਂਸ ਕਿੱਦਾਂ ਸਟੈਪ ਆਉਣੇ ਉਹ ਦੱਸਿਆ ਗਿਆ ਵਾ। ਬਾਕੀ ਅਸਤ ਹੈਗਾ ਜੀ ਸਰਟੀਫਿਕੇਟ ਦੇ ਪਰਫੋਰਮੇ ਆ, ਜਿਹੜੀ ਵੀ ਕੈਟਾਗਰੀ ਦੇ ਸੰਬੰਧਿਤ ਤੁਸੀਂ ਅਪਲਾਈ ਕਰ ਰਹੇ ਹੋ, ਇੱਦਾਂ ਦਾ ਤੁਹਾਡੇ ਪਰਫੋਰਮੈਂਟ ਦੇ ਹੁਣੇ ਬਣੇ ਹੋਣੇ ਚਾਹੀਦੇ ਆ ਜੀ ਸਰਟੀਫਿਕੇਟ ਵਗੈਰਾ। ਬਾਕੀ ਅਪਲਾਈ ਕਰਨ ਨਾਲ ਰਿਲੇਟਡ ਦੱਸਿਆ ਜੀ ਸਟੈਪ, ਕਿੱਦਾਂ ਤੁਹਾਨੂੰ ਇੰਟਰਫੇਸ ਦਿਖੂਗਾ, ਕਿੱਦਾਂ ਅਪਲਾਈ ਕਰਨਾ। ਬਾਕੀ ਮੈਂ ਵੀ ਅਪਲਾਈ ਕਰਨ ਦੀ ਵੀਡੀਓ ਤੁਹਾਨੂੰ ਜਲਦ ਪ੍ਰੋਵਾਈਡ ਕਰਾਂਗਾ ਜੀ। ਅਤੇ ਆਹ ਸਾਡੇ ਸਾਹਮਣੇ ਆ ਜੀ, ਬਾਕੀ ਫੋਟੋ ਦਾ ਸਾਈਜ਼ ਕਿੱਦਾਂ ਹੁਣ ਜਿੱਦਾਂ ਸਾਰਾ ਕੁਝ ਦੱਸਿਆ ਹੋਊਗਾ, ਜਿੱਦਾਂ ਮਤਲਬ ਪਹਿਲੀ ਜਿਹੜੀ ਫੋਟੋ ਆ ਜੀ ਇਹੋ ਹੀ ਅਸੈਪਟੇਬਲ ਆ, ਬਾਕੀ ਜਿੱਦਾਂ ਤੁਸੀਂ ਐਂਡ ਦੇ ਨੀਚੇ ਦੇਖ ਰਹੇ ਹੋ ਉਹ ਫੋਟੋ ਕੋਈ ਇਲੀਜੀਬਲ ਨਹੀਂ ਆ। ਅਤੇ ਬਾਕੀ ਕੈਂਡੀਡੇਟ ਮਤਲਬ ਕਿ ਨੋਟੀਫਿਕੇਸ਼ਨ ਜੀ ਦੇਖਣਾ ਚਾਹੁੰਦੇ ਹੋ ਤਾਂ ਮੈਂ ਟੈਲੀਗ੍ਰਾਮ ਗਰੁੱਪ 'ਤੇ ਪ੍ਰੋਵਾਈਡ ਕਰ ਦਾਂਗਾ, ਟੈਲੀਗ੍ਰਾਮ ਦਾ ਲਿੰਕ ਇਸੇ ਵੀਡੀਓ ਦੇ ਅਬਾਊਟ 'ਚ ਆ ਜੀ, ਉੱਥੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ। ਅਤੇ ਬਹੁਤ ਵਧੀਆ ਔਫਿਸਰ ਰੈਂਕ ਦੀ ਪੋਸਟ ਆ ਜੀ, ਅਤੇ ਆਲ ਦੀ ਬੈਸਟ ਸਭ ਕੈਂਡੀਡੇਟ ਨੂੰ, ਆਪਣੀ ਤਿਆਰੀ ਰੱਖੋ, ਹੋਰ ਵੀ ਐਗਜ਼ਾਮ ਜਿਹੜੇ ਤੁਸੀਂ ਭਰੇ ਹੋਏ ਆ ਅਤੇ ਆਪਣੀ ਤਿਆਰੀ ਕਰਦੇ ਰਹੋ ਜੀ। ਆਲ ਦੀ ਬੈਸਟ।